ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡੀ ਪਹਿਲੀ ਈਮੇਲ ਆਈ ਹੈ ਵੀਰ ਕੁਲਦੀਪ ਸਿੰਘ ਚਾਂਦੀ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਜੀ ਦੀ ਅਤੇ TV84 ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਸੰਤ ਬਾਬਿਆਂ ਦੀਆਂ ਬਰਸੀਆਂ ਮਨਾਉਣ ਦਾ ਕੰਮ ਸਿੱਖ ਪੰਥ ਵਿੱਚ ਵੀ ਕੁਝ ਜ਼ਿਆਦਾ ਹੀ ਹੋ ਗਿਆ ਹੈ। ਪਹਿਰੇਦਾਰ ਅਖਬਾਰ ਵੀ ਬਰਸੀਆਂ ਦੀਆਂ ਮਸ਼ਹੂਰੀਆਂ ਨਾਲ ਭਰਿਆ ਹੁੰਦਾ ਹੈ। ਮੇਰੀ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਹ ਬਰਸੀਆਂ ਛੱਡ ਗੁਰੂ ਸਾਹਿਬਾਨਾਂ ਦੇ ਦਿਨ ਮਨਾਉਣ ਅਤੇ ਸਰਹੰਦ ਫਤਿਹ ਦਿਵਸ ਵਰਗੇ ਦਿਨ ਮਨਾਉਣ ਅਤੇ ਸਕੂਲ ਸਿੱਖਿਆ 'ਤੇ ਜ਼ੋਰ ਦੇਣ ਤਾਂ ਜੋ ਪੜ੍ਹੇ ਲਿਖੇ ਸਿੱਖ ਆਪਣਾ ਅੱਗਾ ਸਵਾਰ ਸਕਣ। ਬਾਕੀ ਪਹਿਰੇਦਾਰ ਵਾਲੇ ਜਸਪਾਲ ਸਿੰਘ ਹੇਰਾ ਜੀ ਨੂੰ ਬੇਨਤੀ ਹੈ ਕਿ ਉਹ ਕਲਮ ਨੂੰ ਹੋਰ ਤਿੱਖੀ ਕਰਕੇ ਅਖਬਾਰ ਨੂੰ ਹੋਰ ਖਾਲਸਾਈ ਰੰਗ ਦੇਣ ਅਤੇ ਜਗਰਾਤਿਆਂ ਦੀ ਮਸ਼ਹੂਰੀ ਘਟਾਉਣ। ਮੈਨੂੰ ਪਤਾ ਹੈ ਕਿ ਇਹ ਆਰਥਿਕ ਪੱਖ ਹੈ, ਪਰ ਹੋ ਸਕੇ ਤਾਂ ਜ਼ਰੂਰ ਕਰਨ। ਉਂਝ ਉਹ ਬਹੁਤ ਵਧੀਆ ਸੇਵਾ ਕਰ ਰਹੇ ਹਨ ਅਤੇ ਅਸੀਂ ਖੁਸ਼ ਹਾਂ, ਪਰ ਆਪਣਿਆਂ ਨੂੰ ਸਲਾਹ ਅਤੇ ਬੇਨਤੀ ਵੀ ਕਰ ਸਕਦੇ ਹਾਂ। ਇੱਕ ਗੱਲ ਹੋਰ ਕਿ ਕੀ ਸਾਡੇ ਸਿੱਖ ਕੈਨੇਡੀਅਨ ਅਤੇ ਅਮੈਰੀਕਨ ਅਰਬਪਤੀ ਅਤੇ ਬਿਜ਼ਨਸਮੈਨ ਵੀਰ ਇੱਕ ਸਿੱਖ ਬੈਂਕ ਆਫ ਵਰਲਡ ਨਹੀਂ ਬਣਾ ਸਕਦੇ ਤਾਂ ਜੋ ਸਿੱਖਾਂ ਦਾ ਪੈਸਾ ਭਰ ਜਾਣ ਦੀ ਬਜਾਏ ਇਹਨਾਂ ਮੁਲਕਾਂ ਵਿੱਚ ਸੁਰੱਖਿਅਤ ਹੋ ਸਕੇ ਅਤੇ ਵਕਤ ਆਉਣ 'ਤੇ ਵਰਤਿਆ ਜਾ ਸਕੇ। ਬਾਕੀ ਭਾਰਤ ਵਿੱਚ ਹੋ ਰਹੀਆਂ ਵਧੀਕੀਆਂ ਨੂੰ ਬਹੁਤਾ ਨਾ ਵਿਚਾਰ, ਸਾਨੂੰ ਆਪਣੀ ਖਾਲਿਸਤਾਨ ਲਈ ਵਿਉਂਤਬੰਦੀ ਕਰਦੇ ਰਹਿਣਾ ਚਾਹੀਦਾ ਹੈ। ਚਲਤੇ ਰਹਿ ਉਹ ਸਾਥੀ, ਚਲਤੇ ਰਹਿ, ਚਲੇਂਗੇ ਤੋਂ ਹੀ ਮੰਜ਼ਿਲ ਮਿਲੇਗੀ। ਭੁੱਲ ਚੁੱਕ ਮਾਫ਼ ਕਰਨੀ ਜੀ, ਜਲਦੀ ਹੀ ਮੰਜ਼ਿਲੇ ਮਕਸੂਦ ਖਾਲਿਸਤਾਨ ਦੇਖਣ ਦਾ ਚਾਹਵਾਨ, ਸਾਡੀ ਜਿੰਦ ਸਾਡੀ ਜਾਨ, ਖਾਲਿਸਤਾਨ ਜਿੰਦ ਆਬਾਦ। ਜੀ ਡਾਕਟਰ ਸਾਹਿਬ, ਜ਼ਿੰਦਾਬਾਦ। ਜ਼ਿੰਦਾਬਾਦ। ਵੀਰ ਕੁਲਦੀਪ ਸਿੰਘ ਚਾਂਦੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦੇ ਪੱਤਰ ਨੂੰ ਮੈਂ ਥੋੜ੍ਹਾ ਜਿਹਾ ਐਡਿਟ ਕੀਤਾ ਜੀ। ਇੱਕ ਹਿੱਸਾ ਉਹਨਾਂ ਨੇ ਰੈਫਰੈਂਡਮ ਦੇ ਉੱਤੇ ਜਿਹੜਾ 2020 ਹੈ ਉਹ ਲਿਖਿਆ ਸੀ ਜੀ, ਔਰ ਮੈਂ ਨਹੀਂ ਚਾਹੁੰਦਾ ਵੀ ਜਦੋਂ ਤੱਕ ਅਸੀਂ ਇਹ ਸਾਰੇ 'ਤੇ ਪੂਰੀ ਵਿਚਾਰ ਡਿਟੇਲ ਡਿਸਕਸ਼ਨ ਨਾ ਕਰ ਲਈਏ, ਕੋਈ ਵੀ ਜਿਹੜਾ ਸਾਡੇ ਪੱਖੋਂ ਕੋਈ ਐਸੀ ਗੱਲ ਜਾਏ ਜਿਸ ਨੂੰ ਅਣਸੁਖਾਵਾਂ ਸਮਝਿਆ ਜਾਏ। ਸੋ ਮੈਂ ਉਹਨਾਂ ਤੋਂ ਖਿਮਾ ਚਾਹੁੰਦਾ ਕਿ ਉਹਨਾਂ ਦੀਆਂ ਭਾਵਨਾਵਾਂ ਦੀ ਮੈਂ ਕਦਰ ਕਰਦਾ, ਪਰ ਇਹਦੇ ਬਾਵਜੂਦ ਉਸ ਨੂੰ ਮੈਂ ਐਡਿਟ ਕੀਤੇ। ਉਹਨਾਂ ਨੇ ਸੰਤ ਬਾਬਿਆਂ ਦੀਆਂ ਬਰਸੀਆਂ ਕੋਈ ਜ਼ਿਆਦਾ ਹੀ ਮਨਾਉਣ ਲੱਗ ਗਏ ਨੇ, ਬਿਲਕੁਲ ਠੀਕ ਹੈ। ਔਰ ਜੇ ਅਸੀਂ ਅਖਬਾਰਾਂ ਦੀਆਂ ਐਡਾਂ ਦੇ ਹਵਾਲੇ ਨਾਲ ਗੱਲ ਕਰੀਏ, ਪਹਿਰੇਦਾਰ ਮੈਨੂੰ ਮੋਨੀਟਰ ਕਰਨ ਦਾ ਮੌਕਾ ਨਹੀਂ ਮਿਲਦਾ, ਹੋ ਸਕਦਾ ਹੈ ਸ਼ਾਇਦ ਪ੍ਰਿੰਟ ਐਡੀਸ਼ਨ 'ਚ ਹੁੰਦਾ ਹੋਏ ਜਾਂ ਮੈਂ ਕਦੇ ਇੰਟਰਨੈਟ 'ਤੇ ਵੀ ਬਹੁਤਾ ਇਹਨੂੰ ਨਹੀਂ ਦੇਖਿਆ, ਹਾਲਾਂਕਿ ਮੈਂ ਐਡਮਾਇਰ ਕਰਦਾ ਉਹਨਾਂ ਦੀ ਲੇਖਣੀ ਨੂੰ ਜੀ। ਪਰ ਜਿਵੇਂ ਮੈਨੂੰ 5-6 ਸਾਲ ਪਹਿਲਾਂ ਦਾ ਪਤਾ ਹੈ ਕਿ ਅਜੀਤ ਦਾ ਇੱਕ ਖਾਸ ਪੱਤਰਕਾਰ ਜਿਹੜਾ ਪੰਜਾਬ ਵਿੱਚ ਬੇਸ ਸੀ, ਉਸ ਨਾਲ ਮੈਂ ਜਸਟ ਇੱਕ ਵਾਰੀ ਸਰਸਰੀ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਜੀ ਤੁਹਾਨੂੰ ਇਹ ਕੋਈ ਇਹਨਾਂ ਬਾਬਿਆਂ ਦੇ ਇਸ਼ਤਿਹਾਰ ਫਿਰ ਉਹਦੀਆਂ ਵੱਡੀਆਂ ਵੱਡੀਆਂ ਖਬਰਾਂ ਤੋਂ ਬਿਨਾਂ ਹੋਰ ਕੁਛ ਨਹੀਂ ਮਿਲਦਾ ਜੀ। ਉਹ ਮੈਨੂੰ ਕਹਿੰਦਾ ਜੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਸਾਨੂੰ ਕਿੰਨੇ ਪੈਸੇ ਦਿੰਦੇ ਹੋਣਗੇ ਇਸ਼ਤਿਹਾਰਾਂ ਦੇ। ਮੈਂ ਕਿਹਾ ਜੀ ਕਾਫ਼ੀ ਹੋਣੇ ਨੇ, ਮੈਨੂੰ ਉੱਥੋਂ ਦਾ ਹੁਣ ਪਤਾ ਨਹੀਂ ਰੇਟ ਜੀ। ਕਹਿੰਦੇ ਜੀ ਸਾਲ ਪਹਿਲਾਂ ਕਰੋੜ ਦਾ ਸੌਦਾ ਸਿਰਫ ਇੱਕ ਡੇਰੇ ਵਾਲਿਆਂ ਨਾਲ ਸਾਡਾ ਹੋਇਆ ਹੁੰਦਾ, ਔਰ ਉਹ ਕਰੋੜ ਰੁਪਈਆ ਉਹ ਸਾਨੂੰ ਉਹਨਾਂ ਨੇ ਦਿੱਤਾ ਹੁੰਦਾ ਕਿ ਅਗਲਾ ਸਾਲ ਜਿਹੜੀਆਂ ਆਹ ਸਾਡੇ 6 ਬਾਬੇ ਨੇ, ਔਰ ਫਿਰ ਕਹਿੰਦੇ ਜਿਹਨਾਂ ਦੇ ਅਸੀਂ ਇਸ਼ਤਿਹਾਰ ਲਗਾਤਾਰ ਚਲਾਉਂਦੇ ਹਾਂ, ਜਦੋਂ ਫਿਰ ਉਹਨਾਂ ਦੀ ਇਵੈਂਟ ਹੁੰਦੀ ਹੈ ਉਹਨੂੰ ਵੀ ਅਸੀਂ ਕਵਰ ਕਰਦੇ ਹਾਂ, ਉਹ ਖਬਰ ਵੀ ਹੁੰਦੀ ਹੈ ਜੀ। ਸੋ ਕਹਿੰਦੇ ਜੀ ਸਾਨੂੰ ਕਿਹੜੇ ਤੁਹਾਡੇ ਪੰਥ ਦਰਦੀ ਅਤੇ ਜਿਹਨਾਂ ਦਾ ਅਸੀਂ ਉਹਨਾਂ ਨੇ ਕਰੋੜ ਰੁਪਈਆ ਦੇਣਾ ਕਿ ਅਸੀਂ ਜਿਹੜਾ ਉਸ ਨੂੰ ਇਗਨੋਰ ਕਰੀਏ। ਸੋ ਉਹਨਾਂ ਨੇ ਆਪ ਵੀ ਕਿਹਾ ਵੀ ਆਰਥਿਕ ਇੱਕ ਰੀਜ਼ਨ ਹੋਏਗਾ। ਦੇਖੋ ਅਸੀਂ ਕੁਛ ਚੀਜ਼ਾਂ, ਔਰ ਖਾਸ ਤੌਰ 'ਤੇ ਚਲੋ TV84 ਦੇ ਹਵਾਲੇ ਨਾਲ ਤਾਂ ਅਜੇ ਸਾਡਾ ਕਮਰਸ਼ੀਅਲ ਕੈਂਪੇਨ ਸ਼ੁਰੂ ਹੋਣਾ ਹੈ, ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਸਿਧਾਂਤਕ ਜਿਹੜਾ ਪਾਰਟ ਹੈ ਉਸਨੂੰ ਰੱਖੀਏ। ਪਰ ਕਿਉਂਕਿ ਚੜ੍ਹਦੀ ਕਲਾ ਇੰਟਰਨੈਸ਼ਨਲ ਅਖਬਾਰ ਨਾਲ ਮੈਂ ਐਸੋਸੀਏਟਿਡ ਹੈ ਪਿਛਲੇ 20-21 ਸਾਲ ਤੋਂ, ਅਤੇ ਮੈਨੂੰ ਪਤਾ ਹੈ ਵੀ ਸਾਡੇ ਲਈ ਕਿੰਨੀਆਂ ਹਾਰਡਸ਼ਿਪਸ ਰਹੀਆਂ ਨੇ ਇਸ ਨੂੰ ਸਰਵਾਈਵ ਕਰਾਉਣ ਦੇ ਲਈ, ਕਿਉਂਕਿ ਅਸੀਂ ਕੁਛ ਬੇਸਿਕ ਜਿਹੜੇ ਹੈ ਫੈਸਲੇ ਲਏ ਸੀ ਕਿ ਕਿਸੇ ਬਾਬੇ ਜੋਤਸ਼ੀ ਤਾਂਤਰਿਕ ਮੁੰਡਾ ਹੋਵੇਗਾ ਕਿ ਕੁੜੀ, ਇਹ ਸਾਰੀ ਕੈਟਾਗਰੀ ਤੰਬਾਕੂ ਸ਼ਰਾਬ ਮਾਸ ਇਹਨਾਂ ਦੀ ਕੋਈ ਐਡ ਕਦੇ ਰਨ ਨਹੀਂ ਹੋਏਗੀ ਜੀ। ਔਰ ਹੁਣ ਇਹ ਉਹ ਨੇ ਜਿਨ੍ਹਾਂ ਦੇ ਉੱਤੇ ਬਹੁਤੀਆਂ ਅਖਬਾਰਾਂ ਇਹਨਾਂ ਦੀਆਂ ਐਡਾਂ 'ਤੇ ਚੱਲਦੀਆਂ ਨੇ, ਅਸੀਂ ਆਪਣਾ ਸਿਧਾਂਤਕ ਰੁੱਖ ਰੱਖਿਆ। ਔਰ ਚਲੋ ਉਸ ਦਾ ਇਹ ਪਾਰਟ ਵੀ ਹੁੰਦਾ, ਜਿਵੇਂ ਮੈਂ ਕੈਲੀਫੋਰਨੀਆ ਸੀ ਅਤੇ ਜਿਨ੍ਹਾਂ ਦੀ ਅਸੀਂ ਨੈਕਸਟ ਲਵਾਂਗੇ ਲਿਖਤ ਨੂੰ, ਉਹ ਕਹਿਣ ਲੱਗੇ ਕਿ ਜੀ ਇੱਕ ਗੱਲ ਐਸਟੈਬਲਿਸ਼ਡ ਹੈ ਕਿ ਚੜ੍ਹਦੀ ਕਲਾ ਪੰਥਕ ਅਖਬਾਰ ਹੈ, ਇਸ ਬਾਰੇ ਕੋਈ ਵੀ ਦੌਰ ਆ ਉਹਦੇ 'ਚ ਵੀ ਹਰ ਕੋਈ ਇਹ ਕਹਿੰਦਾ ਹੈ ਕਿ ਜੇ ਤੁਸੀਂ ਪੰਥਕ ਮੈਸੇਜ ਲੈਣਾ ਔਰ ਪੰਥਕ ਸੋਚ ਦੇਖਣੀ ਹੈ ਤਾਂ ਚੜ੍ਹਦੀ ਕਲਾ 'ਚ। ਸੋ ਮੈਂ ਸਮਝਦਾ ਵੀ ਇਹ ਤੁਹਾਨੂੰ ਇੱਕ ਪੋਜ਼ਿਟਿਵ ਰੈਪੂਟੇਸ਼ਨ ਵੀ ਦਿੰਦਾ, ਪਰ ਇਹ ਇੰਨਾ ਈਜ਼ੀ ਨਹੀਂ ਹੁੰਦਾ। ਸੋ ਮੈਨੂੰ ਨਹੀਂ ਪਤਾ ਹੈ
ਕਿ ਪਹਿਰੇਦਾਰ ਅਖਬਾਰ ਕਿਹਨਾਂ ਸਰਕਮਸਟਾਂਸਿਸ ਜਾਂ ਕਿਵੇਂ ਉਹ ਰਨ ਕਰਦੇ ਨੇ, ਪਰ ਜ਼ਾਹਰ ਹੈ ਉਹਨਾਂ ਦੀ ਸੋਚ ਤਾਂ ਸਿੱਖੀ ਵਾਲੀ ਔਰ ਕਾਫੀ ਨਿਖਰਵੀਂ ਹੈ। ਹੋ ਸਕਦਾ ਇਹ ਜਿਹੜੀਆਂ ਮਜਬੂਰੀਆਂ ਵੀ ਬਣ ਜਾਂਦੀਆਂ ਨੇ, ਆਰਥਿਕ ਹੁੰਦਾ ਵੀ ਤੁਸੀਂ ਬਿਲਕੁਲ ਬੰਦ ਕਰ ਦਿਓ ਜਿਹਦੀ ਤੁਹਾਡੀ ਗੱਲ ਵੀ ਨਹੀਂ ਕਹੀ ਜਾਂਦੀ, ਇੱਕ ਹੁੰਦਾ ਵੀ ਤੁਸੀਂ ਵਿੱਚ ਇਹਨਾਂ ਨੂੰ ਵੀ ਲਾਈ ਜਾਓ। ਹਾਲਾਂਕਿ ਮੈਂ ਸਮਝਦਾ ਵੀ ਉਹਨਾਂ ਨੂੰ ਲਾਉਣ ਦੇ ਨਾਲ ਤੁਹਾਡਾ ਮੈਸੇਜ ਤਾਂ ਡਿਲੀਊਟ ਹੁੰਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਸਾਡੇ ਲਈ, ਔਰ ਗੱਲ ਸਿਰਫ ਇਸ਼ਤਿਹਾਰ ਦੇਣ ਜਾਂ ਖਬਰ ਲਾਉਣ ਤੱਕ ਨਹੀਂ ਮਹਿਦੂਦ। ਮੈਂ ਤਾਂ ਇਹ ਦੇਖਦਾ ਵੀ ਇਹ ਜਿਹੜੇ ਵੱਡੇ ਵੱਡੇ ਡੇਰੇ ਇਸਟੈਬਲਿਸ਼ ਹੋ ਗਏ, ਜਿਨ੍ਹਾਂ ਦੀ ਵੱਡੀ ਵੱਡੀ ਫੋਲੋਇੰਗ ਵੀ ਹੈ, ਕਰੋੜਾਂ ਰੁਪਏ ਉਹ ਪਾਣੀ ਦੀ ਤਰ੍ਹਾਂ ਵਹਾਉਂਦੇ ਵੀ ਨੇ, ਇਹਨਾਂ ਦੇ ਵਿੱਚ ਕਦੇ ਵੀ ਮੈਂ ਨਹੀਂ ਦੇਖਿਆ। ਮੈਂ ਹੁਣ ਜੇ ਨਾ ਲਵਾਂ ਤਾਂ ਮੇਰੇ ਨਾਲ ਬਹੁਤ ਸਾਰੇ ਫਿਰ ਜਿਹੜੇ ਮਾੜੇ ਮੋਟੇ ਨੇ ਉਹ ਵੀ ਨਾਰਾਜ਼ ਹੋ ਜਾਂਦੇ ਨੇ, ਕੋਈ ਨਾ ਕੋਈ ਕਿਤੇ ਨਾ ਕਿਤੇ ਜੁੜਿਆ ਹੁੰਦਾ ਕਿ ਵੀ ਆਇਆ ਹੋਏ ਕਿ ਫਲਾਂ ਡੇਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਇੰਨਾ ਭਾਰੀ ਨਗਰ ਕੀਰਤਨ ਨਿਕਲਿਆ ਨਾ। ਇਹਨਾਂ ਦਾ ਕੰਮ ਆਪਣੇ ਬਾਬੇ ਜਿੱਥੋਂ ਸ਼ੁਰੂ ਹੋਇਆ, ਫਿਰ ਜਿੰਨੇ ਵਿਚਾਲੇ ਆਏ, ਜਿੰਨੇ ਅੱਧ ਮਰੇ ਅੱਧ ਜਿਉਂਦੇ ਨੇ, ਉਹ ਉਹਨਾਂ ਦਾ ਕੋਈ ਨਾ ਕੋਈ ਹੋਰ ਦਿਨ ਬਣਾ ਲੈਂਦੇ ਨੇ। ਔਰ ਇਹ ਸਾਰਾ ਹੀ ਜਿਹੜਾ ਫੋਕਸ ਹੈ ਉਹ ਗੁਰਮਤ ਦੇ ਉਲਟ ਨਿਜਵਾਦ ਦੇ ਉੱਤੇ, ਇੱਕ ਪਾਸੇ ਤਾਂ ਬਾਹਰਲੇ ਨੇ ਜਿਹੜੇ ਰਾਧਾ ਸਵਾਮੀ ਨਰਕਧਾਰੀ ਦੂਜੇ ਤੀਜੇ ਉੱਧਰ ਤੁਰੇ ਹੋਏ ਨੇ, ਪਰ ਇਹ ਜਿਹੜੇ ਵਿਦਿਨ ਵੀ ਨੇ ਇਹ ਇੰਡੀਵਿਜੂਅਲ ਨੂੰ ਜਿਹੜਾ ਜਿਹਦਾ ਸੰਬੰਧ ਉਸ ਡੇਰੇ ਨਾਲ ਹੀ ਹੁੰਦਾ, ਉਦੋਂ ਫਿਰ ਉਹਨਾਂ ਦੇ ਬੜੇ ਬੜੇ ਡੇਰਿਆਂ ਦਾ ਹੁੰਦਾ ਜੀ। ਮੈਨੂੰ ਵੀ ਨਹੀਂ ਸੀ ਪਤਾ, ਠਰਮ ਕਿਹਾ ਜੀ ਇਹ ਕੱਚਾ ਭੰਡਾਰ ਹੈ, ਇਹ ਪੱਕਾ ਭੰਡਾਰ ਹੈ। ਮੈਂ ਕਿਹਾ ਜੀ ਕੱਚਾ ਭੰਡਾਰਾ ਕੀ ਹੁੰਦਾ ਇਹ ਜੀ, ਇਹ ਉਦੋਂ ਦਾਲ ਫੁਲਕਾ ਖੀਰ ਯੇ ਵੋ ਹੁੰਦਾ, ਪੱਕਾ ਭੰਡਾਰਾ ਕੀ ਹੈ ਜੀ? ਇਹ ਜੀ ਮਾਲ ਪੂੜੇ ਔਰ ਪੂੜੀਆਂ, ਜਿਹੜਾ ਪੱਕਾ ਐਨ ਪੱਕ ਕੇ, ਮੈਂ ਕਿਹਾ ਜੀ ਜਿਹੜਾ ਚੰਗੀ ਤਰ੍ਹਾਂ ਉਹ ਰਿੰਨ ਕੇ ਔਰ ਚੰਗੀ ਤਰ੍ਹਾਂ ਤਲ ਕੇ, ਹਾਂ ਜੀ ਕਹਿੰਦੇ ਉਹ ਪੱਕਾ ਭੰਡਾਰਾ ਜੀ। ਸੋ ਕੱਚੇ ਭੰਡਾਰੇ, ਪੱਕੇ ਭੰਡਾਰੇ, ਹੁਣ ਤਾਂ ਪੀਜ਼ੇ ਭੰਡਾਰੇ ਵੀ ਹੋ ਗਏ ਇੱਧਰ, ਜਿਹੜੀਆਂ ਇਹ ਇਟੈਲੀਅਨ ਫੂਡ ਆ, ਹੁਣ ਤਾਂ ਪੰਜਾਬ ਹੁਣ ਤਾਂ ਪੰਜਾਬ ਜਿਹੜੀਆਂ ਮੁਲਕਾਂ ਦੀਆਂ ਡਿਸ਼ਾਂ ਲਾਈਆਂ ਹੁੰਦੀਆਂ ਜੀ। ਹੁਣ ਇਹ ਜੇ ਹਾਲ ਰਹਿ ਗਿਆ, ਇਹਦੇ 'ਚੋਂ ਕੀ ਪ੍ਰੇਰਨਾ ਲੈਣੀ? ਔਰ ਬਹੁਤ ਗੁਰਦੁਆਰੇ ਆ, ਈਵਨ ਮੈਂ ਨਿਊਯਾਰਕ ਦੇ ਹਵਾਲੇ ਨਾਲ ਵੀ ਦੇਖਦਾ, ਹੋਰ ਥਾਵਾਂ 'ਤੇ ਵੀ ਕੈਲੀਫੋਰਨੀਆ ਦੇ ਹਵਾਲੇ ਨਾਲ ਵੀ ਦੇਖਦਾ, ਜਦੋਂ ਕੋਈ ਦਿਨ ਜਿੱਥੇ ਹੁੰਦਾ ਕਿ ਜੀ ਭੀੜ ਇਕੱਠੀ ਕਰਨੀ ਹੈ, ਉਦੋਂ ਹੁੰਦਾ ਜੀ ਜਲੇਬੀਆਂ ਦਾ ਟੁੱਟ ਲੰਗਰ ਵਰਤੇਗਾ, ਜੋ ਹਲਵਾਈ ਬਿਠਾਇਆ ਹੁੰਦਾ 8 ਵਜੇ ਲਿਆ ਕੇ ਉਹ ਜਲੇਬੀਆਂ ਕੱਢ ਰਿਹਾ, ਔਰ ਫਿਰ ਇਹ ਹੁੰਦਾ ਕਿ ਜੀ ਛੋਲੇ ਭਟੂਰੇ ਦਾ ਖਾਸ ਪ੍ਰਬੰਧ ਹੈ, ਸਾਰੀ ਭੀੜ ਉਹਨਾਂ ਰੇੜੀਆਂ ਦੇ ਦੁਆਲੇ ਲੱਗੀ ਹੁੰਦੀ। ਕੋਈ ਐਵਰੇਜ ਅੰਦਰ ਜਾ ਕੇ ਅੱਧਾ ਤੋਂ ਪੌਣਾ ਘੰਟਾ ਬੈਠ ਕੇ ਕੋਈ ਕੀਰਤਨ ਕੋਈ ਕਥਾ ਸਰਵਣ ਕਰਨ ਵਾਲੇ ਨਹੀਂ ਹੁੰਦੇ, ਉਹ ਸਭ ਉੱਥੇ ਬਾਹਰ ਜਿਹੜੇ ਨੇ ਉਹ ਯੱਕੜ ਮਾਰ ਰਹੇ ਹੁੰਦੇ ਨੇ। ਔਰ ਉਹਨਾਂ ਨੂੰ ਕੀ ਪ੍ਰੇਰਨਾ ਜਾਂ ਗੁਰਦੁਆਰਿਆਂ ਦਾ, ਜਾਂ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਜਿਹੜੀ ਔਰ ਜਿਹੜੀ ਅੱਜ ਸਾਡੀ ਲੋਸਟ ਜਨਰੇਸ਼ਨ ਹੈ ਉੱਥੇ, ਜਿਹੜੀ ਗਵਾਚ ਗਈ ਡਰੱਗਸ ਦੇ ਵਿੱਚ ਗਵਾਚ ਗਈ, ਦੂਜੇ ਉਹਨਾਂ ਦੇ ਪ੍ਰੇਰਨਾ ਸਰੋਤ ਕੀ ਨੇ ਜੀ? ਇੱਕ ਪਾਸੇ ਟੋਟਲ ਨਸ਼ਾ ਹੈ, ਦੂਜੇ ਪਾਸੇ ਉਹ ਲੌਜਿਕ ਵਾਲੇ ਮਾਇੰਡ ਨੇ ਬੱਚੇ, ਜਿਹੜੇ ਕੁਦਰਤੀ ਹੈ ਨਵੀਂ ਜਨਰੇਸ਼ਨ 'ਚ ਉਹ ਲੌਜਿਕ ਔਰ ਰੀਜ਼ਨਿੰਗ ਹੈ, ਉਹ ਜਦੋਂ ਇਹਨਾਂ ਬਾਬਿਆਂ ਦੀ ਸਿੱਖੀ ਜਿਹੜੀ ਪ੍ਰਚਾਰੀ ਜਾਂਦੀ ਹੈ, ਉਹ ਕਹਿੰਦੇ ਨੇ ਇਹ ਧਰਮ ਹੈ ਸਾਡਾ, ਇਹਨੂੰ ਅਸੀਂ ਕੀ ਕਰਨਾ ਜੀ? ਔਰ ਇਹੀ ਗੱਲ ਮੈਂ ਈਵਨ ਜਦੋਂ ਦੇਖਦੇ ਹਾਂ ਕਿ ਵੀ ਕਿਸ ਤਰੀਕੇ ਨਾਲ ਮਹਾਰਾਜਾ ਦਲੀਪ ਸਿੰਘ 10-11 ਸਾਲ ਦੇ ਨੂੰ ਜਦੋਂ ਈਸਾਈ ਬਣਾਇਆ, ਅਤੇ ਉਹਦੇ 'ਚ ਉਹਨਾਂ ਨੇ ਕੀਤਾ ਵੀ ਉਹਨੂੰ ਤੋੜ ਦਿੱਤਾ ਦੂਜੇ ਪਾਸਿਓਂ, ਕੋਈ ਜਿਹੜੀ ਤੱਤ ਗੁਰਮਤ ਸਮਝਾਉਣ ਵਾਲੇ ਸੀ ਉਹ ਤਾਂ ਉਹਦੇ ਨੇੜੇ ਨਹੀਂ ਸੀ, ਇੱਕ ਪੰਡਿਤ ਲਾਇਆ ਲਿਆ ਕੇ ਉਹ ਸਿੱਖੀ ਸੁਣਾਉਂਦਾ ਸੀ, ਉਹਨੂੰ ਕਹਾਣੀਆਂ ਸੁਣਾਉਂਦਾ ਹੋਣਾ ਜੋ ਪੁਰਾਣਿਆਂ ਦੇ ਗਪੌੜਾਂ ਦੀ ਤਰ੍ਹਾਂ, ਔਰ ਇੱਕ ਜਿਹੜਾ ਪੰਡਿਤ ਜਿਹੜਾ ਈਸਾਈ ਹੋਇਆ ਹੋਇਆ ਸੀ ਉਹ ਫਿਰ ਉਸ ਤੋਂ ਬਾਅਦ ਆ ਕੇ ਉਹਨੂੰ ਪੜ੍ਹਾਉਂਦਾ ਸੀ, ਉਹਨੂੰ ਦੱਸਦਾ ਸੀ ਕਿ ਈਸਾਈ ਮਤ ਦੀਆਂ ਕੀ ਖਾਸੀਅਤਾਂ ਨੇ। ਸੋ ਉਹ ਇੱਕ ਜਿਹੜੀ ਗਪੌੜ ਤੋਂ ਬਾਅਦ ਉਹਨੂੰ ਸੀ, ਉਹਨੂੰ ਲੱਗਦਾ ਸੀ ਵੀ ਇਹ ਤਾਂ ਗਪੌੜ ਹੈ, ਫਿਰ ਉਹਨੇ ਇੱਕ ਦਿਨ ਆਪ ਹੀ ਕਿਹਾ ਕਿ ਜੀ ਇਹ ਮੇਰਾ ਧਰਮ ਕੀ ਹੈ, ਇਹਦੇ 'ਚ ਤਾਂ ਇਹ ਗਪੌੜ ਔਰ ਬਿਲਕੁਲ ਕੋਈ ਰੀਜ਼ਨਿੰਗ ਨਹੀਂ ਹੈ, ਆਹ ਚੰਗਾ। ਹੁਣ ਇਹ ਇੱਕ ਤੌਰ ਤਰੀਕਾ ਸੀ, ਜਿਹੜੇ ਉਹ ਲੇਡੀ ਲੋਗਨ ਅਤੇ ਲੋਗਨ ਜਿਹੜੇ ਉਹਦੇ ਟਿਊਟਰ ਸੀ ਉਹਨਾਂ ਨੇ ਮੇਕ ਸ਼ੋਰ ਕੀਤਾ, ਹੁਣ 9-10 ਸਾਲ ਦੇ ਬੱਚੇ ਦੇ ਸਾਹਮਣੇ ਦੋਨੋਂ ਹੀ ਇੱਕ ਗਲਤ ਪੱਖ ਤੁਹਾਡਾ ਠੀਕ ਪੱਖ ਨਹੀਂ ਆਉਣ ਦਿੱਤਾ, ਇੱਕ ਜਿਹੜਾ ਉਹ ਬੜਾ ਰਿਫਾਈਂਡ ਪੱਖ ਉਹਨੂੰ ਸਮਝਾਇਆ। ਸੋ ਇਸੇ ਤਰ੍ਹਾਂ ਜਿਹੜਾ ਅੱਜ ਇਹ ਬਾਬਾਵਾਦ ਦੇ ਥੱਲੇ ਜਿਹੜੀ ਸਿੱਖੀ ਉੱਥੇ ਪਰੋਸੀ ਹੋਈ ਹੈ ਉਹ ਤਾਂ ਕੀਲਦੀ ਨਹੀਂ ਹੈ ਬੱਚਿਆਂ ਨੂੰ, ਔਰ ਦੂਜਾ ਪਾਸਾ ਜਿਹੜਾ ਉਹ ਫਿਰ ਖੁੱਲ੍ਹ ਡੁੱਲਦਾ ਹੈਗਾ ਕਿ ਵੀ ਜਿੱਧਰ ਮਰਜ਼ੀ ਤੁਸੀਂ ਵਗ ਜਾਓ, ਕੋਈ ਰੋਕਣ ਟੋਕਣ ਵਾਲਾ ਨਹੀਂ ਹੈ। ਸੋ ਉਹਨਾਂ ਨੇ ਜਿਹੜਾ ਕੰਕਲੂਡਿੰਗ 'ਚ 2 ਕਾਮੈਂਟ ਉਹਨਾਂ ਨੇ ਹੋਰ ਕਹੇ ਨੇ ਕਿ ਵੀ ਅਸੀਂ ਇੱਕ ਸਿੱਖ ਵਰਲਡ ਬੈਂਕ ਬਣਾਈਏ ਤਾਂ ਕਿ ਭਵਿੱਖ ਦੇ ਵਿੱਚ ਵੀ ਕੰਮ ਆਏ। ਦੇਖੋ ਅਸੀਂ ਤਾਂ ਫਕੀਰਾਨਾ ਤਸੱਵਰ 'ਚ ਜੀਵਨ ਜੀਵਿਆ, ਉਸੇ ਰਸਤੇ 'ਤੇ ਤੁਰੇ ਹਾਂ, ਕਹਿੰਦੇ ਜ਼ਰੂਰ ਹੈ ਪਰ ਵਪਾਰੀ ਸਿੱਖ ਜਿਹੜੇ ਨੇ ਧਨਾੜ ਸਿੱਖ ਉਹਨਾਂ ਦੀ ਸੋਚ ਕੀ ਹੈ, ਤਾਂ ਉਹਨਾਂ ਬਾਰੇ ਮੈਂ ਹੁਣ ਕੋਈ ਨੈਗੇਟਿਵ ਗੱਲ ਕਹਿਣਾ ਨਹੀਂ ਚਾਹੁੰਦਾ, ਪਰ ਉਹਨਾਂ ਦੀ ਦੌੜ ਜਿਹੜੀ ਹੈ ਉਹ ਸਹਿਸ ਖਟੇ ਲੱਖ ਕੋ ਉੱਠਤਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਉਹਨਾਂ 'ਚੋਂ ਬਹੁਤਿਆਂ ਦੀ ਦੌੜ ਆਪੋ ਆਪਣੇ ਕੁਨਬੇ ਆਪੋ ਆਪਣੇ ਵਪਾਰ ਆਪੋ ਆਪਣੇ ਦੂਜੇ, ਜੇ ਕੌਮੀ ਹਿੱਤ ਹੈ ਸਾਡੇ ਕੋਲ ਕੋਈ ਹੋਣ ਸੋਰਸ
ਅਸੀਂ ਜ਼ਰੂਰ ਇਸ ਕਿਸਮ ਦਾ ਕਰੀਏ ਕਿ ਭਾਈ ਜਿੱਥੇ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਬੱਚੇ ਹੁਣ ਅਫਗਾਨਿਸਤਾਨ 'ਚ ਜੋ ਸਿੱਖਾਂ ਦਾ ਹਾਲ ਹੈ, ਪਾਕਿਸਤਾਨ ਦੇ ਵਿੱਚ ਹਿੰਸਾ ਦਾ ਵੀ ਸ਼ਿਕਾਰ ਹੋ ਰਹੇ ਨੇ, ਗਰੀਬੀ ਦੇ ਮਾਰੇ ਹੋਏ ਨੇ, ਹੁਣ ਇੱਕ ਪਾਸੇ ਉਹਨਾਂ ਦੇ ਕਾਊਂਟਰਪਾਰਟ ਸਿੱਖ ਵੱਡੇ ਵੱਡੇ ਜਹਾਜ਼ ਜਿਹੜੀਆਂ ਗੱਡੀਆਂ 'ਚ ਘੁੰਮ ਰਹੇ ਹੋਣ, ਮਿਲੀਅਨ ਮਿਲੀਅਨ ਦੋ ਦੋ ਮਿਲੀਅਨ ਦੀਆਂ ਕੋਠੀਆਂ 'ਚ ਹੋਣ, ਉਹ ਧੱਕੇ ਖਾ ਰਹੇ ਨੇ ਉੱਥੇ। ਜੇ ਅਸੀਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਇਹ ਕਰਦੇ, ਔਰ ਦਿੱਲੀ ਨਵੰਬਰ 84 ਦੀਆਂ ਸਿੱਖ ਵਿਡੋਜ਼, ਪੰਜਾਬ ਦੇ ਵਿੱਚ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਬਣਾ, ਉਹਨਾਂ ਦੇ ਟੱਬਰਾਂ ਦਾ ਕੀ ਹਾਲ ਹੈ? ਪਰ ਉਹ ਜਜ਼ਬਾ ਬੜੀ ਬੁਰੀ ਤਰ੍ਹਾਂ ਇਸ ਧਨਾੜ ਕਮਿਊਨਿਟੀ ਜਿਹੜੀ ਹੈ ਇਹ ਇਹਨੇ ਜਿਹੜਾ ਮੈਂ ਸਮਝਦਾ ਵੀ ਬਿਟਰੇ ਕੀਤਾ। ਮੈਂ ਹੋਰ ਜ਼ਿਆਦਾ ਨਾ ਕਹਾਂ, ਫਿਰ ਮੇਰੇ ਇਹ ਵੀ ਹੈ ਵੀ ਕੁਛ ਜਿਹੜੇ ਜਿਹਨੂੰ ਕਹਿੰਦੇ ਨੇ ਵੀ ਕੋਈ ਹਰਿਓ ਬੂਟ ਰਹੇ ਹੋ ਰਹੀ, ਵੈਰੀ ਫਿਊ ਜਿਨ੍ਹਾਂ ਦੇ ਅੰਦਰ ਦਰਦ ਵੀ ਹੈ, ਮੈਂ ਉਹਨਾਂ ਨੂੰ ਇਹਨਾਂ ਦੇ ਨਾਲ ਨਹੀਂ ਬੰਨਣਾ ਚਾਹੁੰਦਾ, ਪਰ ਵਾਸਟ ਮੈਜੋਰਿਟੀ ਜਿਹੜੀ ਹੈ ਉਹਦੀ ਦੌੜ ਉਸ ਪਾਸੇ ਹੀ ਹੈ। ਔਰ ਅਖੀਰ 'ਚ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਕਿ ਵੀ ਜਿਹੜਾ ਸਾਡੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਵੀ ਵਧੀਕੀਆਂ ਤਾਂ ਹੋ ਰਹੀਆਂ ਨੇ, ਉਹ ਤਾਂ ਹੋਣਗੀਆਂ, ਰਾਜ ਉਹਨਾਂ ਦਾ ਹੈ, ਪਰ ਸਾਡਾ ਫੋਕਸ ਇਹ ਹੋਣਾ ਚਾਹੀਦਾ ਵੀ ਕਿਵੇਂ ਅਸੀਂ ਵਿਉਂਤਬੰਦੀ ਕਰੀਏ ਆਪਣਾ ਘਰ ਬਣਾਉਣ ਦੇ ਲਈ। ਸੋ ਉਹਨਾਂ ਨੇ ਬੜਾ ਖੂਬਸੂਰਤ ਉਰਦੂ ਦਾ ਸ਼ੇਅਰ ਕਿਹਾ, ਇੱਕ ਵਾਰੀ ਜ਼ਰਾ ਫਿਰ ਪੜ੍ਹ ਦਿਓ। ਮੈਂ ਸਮਝਦਾ ਵੀ ਇਹੀ ਜਿਹੜੀ ਹੈ ਸਾਡੀ ਮੰਜ਼ਿਲੇ ਮਕਸੂਦ ਨੂੰ ਨੇੜੇ ਵੀ ਲਿਆਉਂਦੀਆਂ ਨੇ ਇੱਦਾਂ ਦੀਆਂ ਆਸ ਦੀਆਂ ਗੱਲਾਂ। ਜੀ ਜੀ, ਕਹਿੰਦੇ ਨੇ ਚਲਤੇ ਰਹਿ ਉਹ ਸਾਥੀ, ਚਲਤੇ ਰਹਿ ਚਲੇਂਗੇ ਤੋ ਹੀ ਮੰਜ਼ਿਲ ਮਿਲੇਗੀ। ਵਾਹ ਵਾਹ ਜੀ, ਕੀਪ ਔਨ ਵਾਕਿੰਗ, ਕੀਪ ਔਨ ਵਾਕਿੰਗ, ਤੁਰੋ ਤੁਰੋ ਤੁਰੋ, ਹੈ ਨਾ ਜੀ ਜੀ, ਫਿਰ ਕਦੇ ਤਾਂ ਪਹੁੰਚੋਗੇ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਉਹ ਮੈਨੂੰ ਇਸ ਸ਼ਾਇਦ ਨੂਰ ਦਾ ਇੱਕ ਸ਼ੇਅਰ ਹੈ ਜਿਹਦੇ 'ਚ ਠੇਠ ਸ਼ਾਇਦ ਪੰਜਾਬੀ 'ਚ ਹੈ, ਮੈਂ ਰੀਕਲੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ, ਕਿ ਪੈਰ ਦੱਸਣਗੇ ਉਦੋਂ ਜਦੋਂ ਮੰਜ਼ਿਲ ਆ ਗਈ। ਜੀ, ਕਿ ਸਾਡਾ ਕੰਮ ਤੁਰਨੇ, ਸਾਨੂੰ ਮੰਜ਼ਿਲ ਵੱਲ ਦੇਖਣ ਦੀ ਵੀ ਲੋੜ ਨਹੀਂ ਹੋਣੀ, ਪੈਰ ਤੁਰਦੇ ਤੁਰਦੇ ਉੱਥੇ ਆ ਕੇ ਰੁਕ ਜਾਣਗੇ, ਤੇ ਪੈਰਾਂ ਨੇ ਹੀ ਦੱਸਣਾ ਕਿ ਵੀ ਅਸੀਂ ਸਾਡੀ ਮੰਜ਼ਿਲ ਆ ਗਈ ਹੈ। ਸੋ ਸਾਡਾ ਕੰਮ ਤੁਰਦੇ ਰਹਿਣਾ, ਮੰਜ਼ਿਲ ਤੱਕ ਪਹੁੰਚਾਉਣਾ, ਇਹ ਅਕਾਲ ਪੁਰਖ ਦਾ ਮਹਿਕਮਾ। ਔਰ ਅਕਾਲ ਪੁਰਖ ਕੌਮ 'ਤੇ ਦਇਆਵਾਨ ਹੋਏਗਾ, ਸਾਨੂੰ ਬੇਘਰੇ ਨਹੀਂ ਰਹਿਣ ਦਿੰਦਾ। ਇਹਨਾਂ ਦਾ, ਕੁਲਦੀਪ ਸਿੰਘ ਚਾਂਦੀ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਇਸ਼ਾਰਾ ਹੋ ਗਿਆ ਬ੍ਰੇਕ 'ਤੇ ਜਾਣ ਦਾ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।